ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਬਾਬੇ ਉਹ ਗਾਣਾ ਆ ਚੁੱਕਿਆ ਸਿੰਘੇ ਬਾਈ ਦਾ, ਆਈ ਸਵੇਅਰ ਮੋਮ, ਅਤੇ ਮਿਊਜ਼ਿਕ ਹੈਗਾ ਇਹ ਗਾਣੇ ਦਾ ਐਲ ਡੀ ਫਾਜ਼ਿਲਕਾ ਦਾ, ਅਤੇ ਲਿਖਿਆ ਓਬਵੀਅਸਲੀ ਸਿੰਘੇ ਨੇ ਹੀ ਆ ਗਾਣਾ ਇਹ, ਅਤੇ ਜਿਹੜੀ ਵੀਡੀਓ ਆ, ਵੀਡੀਓ ਬਣਾਈ ਆ ਬਾਈ ਇੰਟਰਨੈਸ਼ਨਲ ਫਿਲਮ ਪ੍ਰੋਡਕਸ਼ਨ ਨੇ, ਤਾਂ ਦੇਖਦਾ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਆ ਮੇਰੇ ਹਿਸਾਬ ਨਾਲ ਨਾ ਕੋਈ ਮਤਲਬ ਪੁਰਾਣੀ ਜਿਵੇਂ ਮੂਵੀ ਵਗੈਰਾ ਹੁੰਦੀ ਆ ਹੈ ਨਾ ਕਿਸੇ ਦੇ ਵਿਆਹ ਦੀ, ਤਾਂ ਉਹਦੇ 'ਚੋਂ ਕਲਿੱਪ ਕੱਟ ਕੇ ਲਾਈ ਗਈ ਆ ਇਹ। ਆਹ ਮੇਰੇ ਹਿਸਾਬ ਨਾਲ ਸਿੰਘਾ ਬਾਈ ਹੋਈ ਆ, ਅਤੇ ਆਹ ਮਾਤਾ ਜੀ ਹੈਗੇ ਉਹਨਾਂ ਦੇ, ਲਿਖਦੇ ਆ ਅੱਗੇ। ਹਾਂ ਹੋ ਤੇਰੇ ਸਾਹਾਂ ਦੇ ਵਿੱਚੋਂ ਸਾਹ ਮਿਲੀ ਗਏ, ਤੇਰੇ ਖੂਨ ਵਿੱਚੋਂ ਆ ਸਰੀਰ ਬਣਿਆ, ਜਿਹਨੂੰ ਸਾਰੀ ਦੁਨੀਆ ਆ ਸਿੰਘਾ ਆਖਦੀ, ਤੇਰੀਆਂ ਦੁਆਵਾਂ ਨਾਲ ਉਹ ਤੀਰ ਬਣਿਆ, ਹਰ ਵਾਰ ਮੈਨੂੰ ਬਾਪੂ ਤੋਂ ਬਚਾਈ ਗਈ, ਤੇਰੀਆਂ ਹੀ ਦਿੱਤੀਆਂ ਨੇ ਆਜ਼ਾਦੀਆਂ, ਤੇਰੀਆਂ ਹੀ ਦਿੱਤੀਆਂ ਨੇ ਆਜ਼ਾਦੀਆਂ। ਹੋ ਰੱਬ ਕਰੇ ਕਦੇ ਕੋਈ ਝੂਠ ਨਾ ਹੋਵੇ, ਮਾਂ ਜਿੰਨੀਆਂ ਸੋਹਾਂ ਨੇ ਤੇਰੇ ਉੱਤੇ ਖਾਧੀਆਂ, ਹੋ ਰੱਬ ਕਰੇ ਕਦੇ ਕੋਈ ਝੂਠ ਨਾ ਹੋਵੇ, ਮਾਂ ਜਿੰਨੀਆਂ ਸੋਹਾਂ ਨੇ ਤੇਰੇ ਉੱਤੇ ਖਾਧੀਆਂ। ਯਾਰ ਕਿੱਡੀ ਘੈਂਟ ਗੱਲ ਕਹੀ ਗਈ ਆ ਬੰਦੇ ਵੱਲੋਂ, ਹੈ ਨਾ। ਮਤਲਬ ਇਹ ਬੰਦੇ ਨੂੰ ਇਹ ਚੀਜ਼ ਦਾ ਹੀ ਡਰ ਹੈਗਾ ਵੀ ਨਿੱਕੇ ਹੁੰਦੇ ਆਪਾਂ ਸੋਹਾਂ ਖਾ ਜਾਂਦੇ, ਹੈ ਨਾ, ਮੰਮੀ ਤੇਰੀ ਸੋਹ ਲੱਗੀ, ਹੈ ਨਾ ਆਹ ਚੀਜ਼, ਹੈ ਨਾ। ਅਤੇ ਮਤਲਬ ਇਹ ਬੰਦਾ ਉਸ ਚੀਜ਼ ਤੋਂ ਡਰ ਰਿਹਾ ਵੀ ਯਾਰ ਵੀ ਮਤਲਬ ਕੋਈ ਝੂਠ ਨਾ ਹੋਵੇ, ਹੈ ਨਾ, ਜਿਹੜੀ ਮੈਂ ਸੋਹ ਨਿੱਕੇ ਹੁੰਦੇ ਨੇ ਖਾ ਲਈ ਸੀਗੀ। ਅਤੇ ਨਾਈਸ ਯਾਰ ਬਾਈ। ਇਹ ਚੀਜ਼ ਨਾ ਮਤਲਬ ਵੈਸੇ ਸੁਣਨੇ ਜਿਹੇ 'ਚ ਥੋੜ੍ਹੀ ਛੋਟੀ ਲੱਗਦੀ ਹੋਊਗੀ ਤੁਹਾਨੂੰ, ਪਰ ਯਾਰ ਜੇ ਤੁਸੀਂ ਮਤਲਬ ਟਿਕਾ ਕੇ ਸੋਚੋਗੇ ਨਾ, ਮਤਲਬ ਇਹ ਬਹੁਤ ਵੱਡੀ ਗੱਲ ਆ। ਹੋ ਇੱਕ ਚੀਜ਼ ਮੈਨੂੰ ਜੋ ਪਿਆਰੀ ਮਿਲੀ ਹੈ, ਉਹਨੂੰ ਛੱਡ ਦੁਨੀਆ ਦੇ ਪਿੱਛੇ ਭੱਜੀ ਗਿਆ, ਮੇਰਾ ਰੱਬ ਹੀ ਬੈਠਾ ਸੀ ਮੇਰੇ ਘਰ ਵਿੱਚ, ਤੂੰ ਮੈਂ ਬਣੀਆਂ ਇਮਾਰਤਾਂ ਦੇ ਵਿੱਚ ਵੱਜੀ ਗਿਆ। ਹੋ ਇੱਕ ਚੀਜ਼ ਮੈਨੂੰ ਜੋ ਪਿਆਰੀ ਮਿਲੀ ਹੈ, ਮੈਂ ਉਹਨੂੰ ਛੱਡ ਦੁਨੀਆ ਦੇ ਪਿੱਛੇ ਭੱਜੀ ਗਿਆ, ਮੇਰਾ ਰੱਬ ਹੀ ਬੈਠਾ ਸੀ ਮੇਰੇ ਘਰ ਵਿੱਚ, ਤੂੰ ਮੈਂ ਬਣੀਆਂ ਇਮਾਰਤਾਂ ਦੇ ਵਿੱਚ ਵੱਜੀ ਗਿਆ। ਅੱਜ ਪਤਾ ਲੱਗਾ ਬੜੀ ਦੇਰ ਹੋ ਗਈ, ਤੈਥੋਂ ਵੱਧ ਪੈਸੇ ਦੀ ਹੀ ਕੇਅਰ ਹੋ ਗਈ, ਮੈਨੂੰ ਰੂਮ ਵਿੱਚ ਬੈਠੇ ਨੂੰ ਸਵੇਰ ਹੋ ਗਈ, ਮਹਿੰਗੇ ਹੋਟਲਾਂ 'ਚ ਰੋਟੀਆਂ ਨੇ ਬੇਸਵਾਦੀਆਂ, ਮਹਿੰਗੇ ਹੋਟਲਾਂ 'ਚ ਰੋਟੀਆਂ ਨੇ ਬੇਸਵਾਦੀਆਂ, ਹੈ ਨਾ। ਆਪਾਂ ਵੀ ਕਹਿ ਦਿੰਦੇ ਹੁੰਦੇ ਬਾਹਰ ਅੰਦਰ ਜਾ ਕੇ ਕਿਤੇ ਯਾਰ ਵੀ ਘਰ ਵਰਗੀ ਰੋਟੀ ਦਾ ਸਵਾਦ ਨਹੀਂ, ਹੈ ਨਾ। ਉਹ ਅਸਲ 'ਚ ਘਰ ਵਰਗੀ ਰੋਟੀ ਨਹੀਂ ਹੁੰਦੀ, ਉਹ ਮਾਂ ਦੇ ਹੱਥਾਂ ਦੀ ਰੋਟੀ ਹੁੰਦੀ ਆ, ਹੈ ਨਾ। ਸਹੀ ਆ ਯਾਰ, ਉਹ ਜੀ ਉਹ ਜਿਹੀ ਰੋਟੀ ਨਹੀਂ ਮਿਲਦੀ ਕਿਤੋਂ। ਕਰੇ ਕਦੇ ਕੋਈ ਝੂਠ ਨਾ ਹੋਵੇ, ਮਾਂ ਜਿੰਨੀਆਂ ਸੋਹਾਂ ਨੇ ਤੇਰੇ ਉੱਤੇ ਖਾਧੀਆਂ, ਹੋ ਰੱਬ ਕਰੇ ਕਦੇ ਕੋਈ ਝੂਠ ਨਾ ਹੋਵੇ, ਮਾਂ ਜਿੰਨੀਆਂ ਸੋਹਾਂ ਨੇ ਤੇਰੇ ਉੱਤੇ ਖਾਧੀਆਂ। ਇੱਕ ਗੀਤ ਵਿੱਚ ਲਿਖਿਆ ਹੋਣਾ ਨੀ, ਤੇਰੇ ਜੋ ਹਿਸਾਬਾਂ ਦੀ ਕਿਤਾਬ ਵੱਡੀ ਹੈ, ਮੇਰੇ ਪੁੱਤ ਨੇ ਖਾਧੀ ਨੀ ਹੋਣੀ ਸੋਚ ਸੋਚ ਕੇ, ਰੋਟੀ ਕਿੰਨੀ ਵਾਰੀ ਬੇਹਿਸਾਬ ਛੱਡੀ ਹੈ। ਹੋ ਇੱਕ ਗੀਤ ਵਿੱਚ ਯਾਰ ਆ ਵੀ ਕਿੰਨੀ ਘੈਂਟ ਗੱਲ ਕਹੀ ਆ, ਹਨਾ। ਨਾਈਸ ਲਿਖਦਾ ਹੋਣਾ ਨੀ, ਤੇਰੇ ਜੋ ਹਿਸਾਬਾਂ ਦੀ ਕਿਤਾਬ ਵੱਡੀ ਹੈ, ਮੇਰੇ ਪੁੱਤ ਨੇ ਖਾਧੀ ਨੀ ਹੋਣੀ ਸੋਚ ਸੋਚ ਕੇ, ਰੋਟੀ ਕਿੰਨੀ ਵਾਰੀ ਬੇਹਿਸਾਬ ਛੱਡੀ ਹੈ। ਗੁਰਦੇ ਸਿੰਘੇ ਦਾ ਧੰਨਵਾਦ ਤੇਰਾ ਆ, ਮੁੰਡਾ ਅੱਜ ਹੋ ਗਿਆ ਆਵਾਜ਼ ਤੇਰਾ ਆ, ਗਾਲਾਂ ਵਿੱਚ ਸੱਚੀ ਜੋ ਸਵਾਦ ਤੇਰਾ ਆ, ਮੈਨੂੰ ਕੱਢੀ ਉਹੀ ਗਾਲਾਂ ਜਿਨ੍ਹਾਂ ਦਾ ਮੈਂ ਆਦੀਆਂ। ਸਹੀ ਗੱਲ ਆ ਯਾਰ, ਮਤਲਬ ਸਾਰਾ ਦਿਨ ਲੜਦੇ ਰਹਿੰਦੇ ਆ ਲੋਕ, ਹੈ ਨਾ, ਮਾਵਾਂ ਨਾਲ, ਅਤੇ ਉਹ ਪਰ ਇਹ ਨਹੀਂ ਹੁੰਦਾ ਗਾ ਉਹ ਵੀ ਕੋਈ ਆਪਾਂ ਕਹਿ ਸਕਦੇ ਹਾਂ ਵੀ ਕੋਈ ਵੈਰ ਵਿਰੋਧ ਵਾਲੀ ਲੜਾਈ ਨਹੀਂ ਹੁੰਦੀ, ਹੈ ਨਾ। ਅਤੇ ਬਸ ਉਹੀ ਬਸ ਗਾਲਾਂ ਲੈਣ 'ਚ ਹੀ ਸਵਾਦ ਆਉਂਦਾ ਮਾਵਾਂ ਦੀਆਂ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਕਿਹੜੇ ਕਿਹੜੇ ਮੰਮੀਆਂ ਤੋਂ ਗਾਲਾਂ ਲੈਂਦੇ ਆ, ਅਤੇ ਇਹੀ ਬਸ ਸਵਾਦ ਹੈਗਾ ਉਹ ਗਾਲਾਂ 'ਚ, ਹੈ ਨਾ। ਐਂ ਨਹੀਂ ਹੈਗਾ ਗਾ ਕੋਈ ਵੀ ਵੀ ਕੋਈ ਵੈਰ ਵਿਰੋਧ ਆ ਜਾਂਦਾ ਹੈਗਾ, ਹੈ ਨਾ, ਜਾਂ ਕੋਈ ਚੀਜ਼ ਚਾਹੀਦੀ ਹੁੰਦੀ ਆ ਜਾਂ ਕੁਛ ਵੀ ਆ, ਪਰ ਉਹ ਬਸ ਰਿਹਾ ਗਾਲਾਂ ਦੇ ਵਿੱਚ ਇੱਕ ਸਵਾਦ ਆ, ਅਤੇ ਉਹ ਬੰਦਾ ਉਹੀ ਫੀਲ ਕਰ ਸਕਦਾ ਜਿਹੜੇ ਨੂੰ ਮਤਲਬ ਜਿਹੜੇ ਨੇ ਉਹ ਚੀਜ਼ ਫੀਲ ਕੀਤੀ ਆ। ਮਾਵਾਂ ਫਿਕਰ ਕਰਦੀਆਂ ਨੇ, ਮਾਵਾਂ ਕਦੋਂ ਸੌਂਦੀਆਂ ਨੇ, ਕਿੰਨੀਆਂ ਪੀੜਾ ਜਰਦੀਆਂ ਨੇ, ਨਾ ਖੁੱਲ੍ਹ ਕੇ ਜ਼ਿਕਰ ਕਰਦੀਆਂ ਨੇ। ਸੂਰਜ ਧੁੱਪਾਂ ਕਰਦਾ ਏ,
ਤੇ ਮਾਵਾਂ ਸ਼ਾਵਾਂ ਕਰਦੀਆਂ ਨੇ। ਮਾਵਾਂ ਦਾ ਫਿਕਰ ਕਰੋ ਜਿੰਨਾ ਮਾਵਾਂ ਕਰਦੀਆਂ ਨੇ। ਹੋ ਰੱਬ ਕਰੇ ਕਦੇ ਮਾਵਾਂ ਦਾ ਫਿਕਰ ਕਰੋ ਜਿੰਨਾ ਮਾਵਾਂ ਕਰਦੀਆਂ ਨੇ, ਹਨਾ ਜਿੰਨਾ ਮਾਵਾਂ ਆਪਣਾ ਆਪਣਾ ਫਿਕਰ ਕਰਦੀਆਂ ਉਨਾ ਫਿਕਰ ਕਰੋ ਉਹਨਾਂ ਦਾ ਵੀ। ਸਹੀ ਗੱਲ ਆ। ਅਤੇ ਅੱਜ ਦੀ ਹਾਰਸ਼ ਰਿਐਲਿਟੀ ਇਹ ਹੈ ਵੀ ਲੋਕ ਨਹੀਂ ਕਰ ਰਹੇ, ਠੀਕ ਆ। ਖਾਸ ਕਰਕੇ ਜੋ ਵਿਆਹ ਵਿਹੂ ਜਾਂਦੇ ਆ ਫਿਰ ਤਾਂ ਮਤਲਬ ਬਹੁਤ ਘੱਟ ਜਾਂਦਾ ਕੰਮ। ਕੋਈ ਝੂਠ ਨਾ ਹੋਵੇ ਮਾਂ ਜਿੰਨੀਆਂ ਸੋਹਾਣੇ ਤੇਰੇ ਉੱਤੇ ਖਾਦੀਆਂ, ਹੋ ਰੱਬ ਕਰੇ ਕਦੇ ਕੋਈ ਝੂਠ ਨਾ ਹੋਵੇ ਮਾਂ ਜਿੰਨੀਆਂ ਸੋਹਾਣੇ ਤੇਰੇ ਉੱਤੇ ਖਾਦੀਆਂ। ਨਾਈਸ ਬਾਈ ਨਾਈਸ, ਬਹੁਤ ਸੋਹਣਾ ਗਾਣਾ ਸੀਗਾ ਯਾਰ, ਬਹੁਤ ਹੀ ਜ਼ਿਆਦਾ ਸੋਹਣਾ ਗਾਣਾ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਗਾਣਾ। ਬਹੁਤ ਸੋਹਣਾ ਲਿਖਿਆ ਅਤੇ ਗਾਇਆ ਗਿਆ ਗਾਣਾ। ਹੁੱਕ ਲਾਈਨ ਬਹੁਤ ਘੈਂਟ ਸੀਗੀ LD ਫਾਜ਼ਿਲਕਾ ਵੀਰੇ ਨੇ ਯਾਰ, ਮਤਲਬ ਬੀਟ ਵੀ ਬੜੀ ਵਧੀਆ ਬਣਾਈ ਹੈ ਯਾਰ। ਉਹਨੂੰ ਨਾ ਅੰਦਰੋਂ ਫੀਲ ਕਰਾਉਂਦੀ ਸੀਗੀ ਬੀਟ ਜੀ, ਹਾਂ ਯਾਰ ਵੀ ਹੈ ਗੱਲਬਾਤ, ਹੈ ਨਾ, ਮਤਲਬ ਇਮੋਸ਼ਨਲ ਕਰਦੀ ਸੀਗੀ ਬੀਟ ਕਹਿਣ ਦਾ ਭਾਵ। ਅਤੇ ਬਾਕੀ ਯਾਰ ਬਹੁਤ ਵਧੀਆ ਸੀਗਾ ਗਾਣਾ ਕੁੱਲ ਮਿਲਾ ਕੇ। ਯਾਰ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਕੀ ਕਹਾਂ, ਹੈ ਨਾ। ਇਹ 'ਚ ਸਾਰਾ ਕੁਛ ਮਤਲਬ ਤੁਹਾਨੂੰ ਪਤਾ ਹੀ ਹੈਗਾ ਜਿਹੜਾ ਕੁਛ ਬਾਈ ਨੇ ਕਿਹਾ, ਹੈ ਨਾ, ਜਿਵੇਂ ਸ਼ੁੱਧ ਪੰਜਾਬੀ ਦੇ ਵਿੱਚ ਸਾਰੀਆਂ ਗੱਲਾਂ ਕਹੀਆਂ ਹੈਗੀਆਂ। ਅਤੇ ਪਰ ਇੰਨੀ ਗੱਲ ਜ਼ਰੂਰ ਕਹੂੰਗਾ ਯਾਰ ਵੀ ਮਾਵਾਂ ਦਾ ਕਰਜ਼ਾ ਕੋਈ ਨਹੀਂ ਦੇ ਸਕਦਾ, ਠੀਕ ਆ। ਲੜੀ ਚੱਲੋ ਜਿੰਨਾ ਮਰਜ਼ੀ, ਗਾਲਾਂ ਲਈ ਚੱਲੋ ਮਾਵਾਂ ਤੋਂ, ਹੈ ਨਾ। ਅਤੇ ਜਿਹੜੇ ਖੁਸ਼ ਕਿਸਮਤ ਹੈਗੇ ਜਿਨ੍ਹਾਂ ਕੋਲ ਮਾਵਾਂ ਹੈਗੀਆਂ, ਠੀਕ ਹੈ ਨਾ, ਨਹੀਂ ਉਹਨਾਂ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਵਿਚਾਰਿਆਂ ਕੋਲ ਮਾਂ ਨਹੀਂ ਹੈਗੀ, ਹੈ ਨਾ। ਅਤੇ ਮਤਲਬ ਕਦਰ ਕਰੋ, ਠੀਕ ਆ, ਟਾਈਮ ਦਿਓ ਵੱਧ ਤੋਂ ਵੱਧ ਮਾਂ ਪਿਓ ਨੂੰ, ਠੀਕ ਆ। ਮਤਲਬ ਹੋਰ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਯਾਰ, ਇਦੂ ਬਾਅਦ 'ਚ ਜੇ ਕਰੀ ਗਏ ਤਾਂ ਮਾਂ ਪਿਓ ਨਹੀਂ ਮਿਲਣੇ। ਅਤੇ ਬਸ ਇਹੀ ਸੀਗੀ ਬਈ ਆਪਣੀ ਅੱਜ ਦੀ ਵੀਡੀਓ, ਫਿਰ ਮਿਲਦੇ ਨਵੀਂ ਵੀਡੀਓ ਨਾਲ। ਥੈਂਕਸ ਫੋਰ ਵਾਚਿੰਗ ਗਾਈਸ।